ਸਭ ਦੀ ਇੱਜ਼ਤ ਪੱਤ ਨੂੰ ਢੱਕਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਪਿਆ ਹੋਇਆ ਸੀ ਮੈਦਾਨ ਅੰਦਰ ਤੇ ਕੋਈ ਮਰਦ ਅਗੰਬੜੇ ਪ੍ਰੇਮ ਵਾਲੇ ਸਿੱਖ ਸਦਾ ਹੀ ਹੁੰਦੇ ਆ ਜਦੋਂ ਸੀਸ ਲੈ ਕੇ ਪਹੁੰਚੇ ਦਸਵੇਂ ਪਾਤਸ਼ਾਹ ਦੇ ਕੋਲ ਤੇ ਮਹਾਰਾਜ ਨੇ ਪੁੱਛਿਆ ਵੀ ਉੱਥੇ ਸਿੱਖ ਕੋਈ ਨਹੀਂ ਸੀ ਉਹ ਕਹਿੰਦੇ ਸੱਚੇ ਪਾਤਸ਼ਾਹ ਸਿੱਖ ਤੇ ਬੜੇ ਸੀ ਪਰ ਪਤਾ ਨਹੀਂ ਸੀ ਲੱਗਦਾ ਵੀ ਸਿੱਖ ਕੌਣ ਆ ਹਿੰਦੂ ਕੌਣ ਆ ਪਹਿਚਾਣ ਕੋਈ ਵੱਖਰੀ ਨਹੀਂ ਸੀ ਕਿਸੇ ਦੀ ਡਰਦੇ ਸਨ ਦਿਲ ਦੇ ਅੰਦਰ ਭੈ ਸੀ ਸਾਰਿਆਂ ਦੇ ਸਤਿਗੁਰਾਂ ਨੇ ਆਖਿਆ ਮੈਂ ਇੱਦਾਂ ਦਾ ਖਾਲਸਾ ਸਾਜਾਂਗਾ ਜਿਹਦੇ ਡਰ ਲਾਗੇ ਬੰਨੇ ਵੀ ਨਹੀਂ ਆਏਗਾ ਜਿਹੜਾ ਜ਼ੁਲਮ ਦੇ ਖਿਲਾਫ ਬੋਲਣ ਦੀ ਹਿੰਮਤ ਰੱਖੇਗਾ।